ਅਸੀਂ ਜੀ ਅੱਜ ਆਏ ਹਾਂ ਨਸ਼ਾ ਦੇ ਖਿਲਾਫ। ਕੱਲ੍ਹ ਅਸੀਂ ਮਾਰਗੋ ਕੈਂਪ ਗਏ ਸੀਗੇ, ਉੱਥੇ ਇੱਕ ਪਾਰਕ ਹੈ ਬੁੱਢਾ ਅਮਲ ਪਾਰਕ, ਉੱਥੇ ਜਿਹੜੇ ਲੋਕਲ ਬੰਦੇ ਸੀਗੇ ਸਾਨੂੰ ਉਹ ਲੈ ਕੇ ਗਏ। ਉੱਥੇ ਜੋ ਦੇਖਿਆ ਅਸੀਂ, ਇੱਕ ਪਾਸੇ ਨਸ਼ੇ ਚੱਲ ਰਹੇ ਨੇ, ਸਾਰੇ ਕਿਤੇ ਸੂਈਆਂ ਪਈਆਂ ਸੀਗੀਆਂ ਪਾਰਕ ਵਿੱਚ, ਔਰ ਇੱਕ ਪਾਸੇ ਛੋਟੇ ਛੋਟੇ ਬੱਚੇ ਖੇਡ ਰਹੇ ਨੇ, ਤਾਂ ਉਸ ਦੀ ਕੰਪਲੇਂਟ ਅਸੀਂ ਕਰਨ ਆਏ ਹਾਂ। ਨਾਲ ਮੇਰੇ ਨਾਲ ਇਹ ਗੁਰਪ੍ਰੀਤ ਕੌਰ ਹੈ, ਔਰ ਇਹਨਾਂ ਨਾਲ ਬੜੀ 2-3 ਮਹੀਨਿਆਂ ਤੋਂ ਕੰਮ ਚੱਲ ਰਿਹਾ ਹੈਗਾ। ਇਹਨਾਂ ਨੇ ਇੱਕ ਨਸ਼ੇੜੀ ਦੇ ਖਿਲਾਫ ਕੰਪਲੇਂਟ ਪਾਈ ਸੀਗੀ, ਉਹ ਨਸ਼ੇੜੀ ਉਹਨੂੰ ਜੇਲ੍ਹ ਵੀ ਹੋਈ ਸੀ, ਹੁਣ ਬਾਹਰ ਆ ਕੇ ਧਮਕੀਆਂ ਮਾਰ ਰਿਹਾ ਇਹਨਾਂ ਨੂੰ ਕਿ ਅਸੀਂ ਤੁਹਾਨੂੰ ਦੇਖਾਂਗੇ, ਇਹਨਾਂ ਦੀ ਸਾਰੀ ਫੈਮਿਲੀ ਨੂੰ, ਔਰ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਦੇ ਪਿੱਛੇ। ਇਹ ਦੋਨੋਂ ਮੁੱਦੇ ਅਸੀਂ ਲੈ ਕੇ ਆਏ ਹਾਂ ਅੱਜ, ਅਸੀਂ DSP ਸਾਹਿਬ ਨੂੰ ਮਿਲਾਂਗੇ, ਔਰ ਇਹ ਗਲਤ ਗੱਲ ਹੈ। ਸਾਰਿਆਂ ਦੀ ਮਾਂ ਭੈਣ ਹੁੰਦੀ ਹੈ, ਤੁਸੀਂ ਇੱਕ ਵਿਚਾਰੀ ਬੱਚੀ ਨੂੰ ਧਮਕੀਆਂ ਦੇ ਰਹੇ ਹੋ ਔਰ ਕੋਈ ਕੁਛ ਨਹੀਂ ਕਰ ਰਿਹਾ। ਅੱਜ ਸਿੱਧਾ ਮਿਲਣ ਆਏ ਹਾਂ, ਕੱਲ੍ਹ ਸਾਨੂੰ ਪਤਾ ਲੱਗਿਆ ਸੀਗਾ, ਅਸੀਂ DSP ਸਾਹਿਬ ਨੂੰ ਫੋਨ ਕੀਤਾ ਸੀਗਾ ਔਰ ਉਹਨਾਂ ਨਾਲ ਟਾਈਮ ਫਿਕਸ ਕਰਕੇ ਅਸੀਂ ਅੱਜ ਆਏ। ਲੋਕ ਹੈ ਕੌਣ ਨੇ ਉਹ? ਵੀ ਬਈ ਕੌਣ ਹੈ, ਬੰਦੇ ਕੌਣ ਹੈ? ਇਹ ਮਾਰਗੋ ਕੈਂਪ ਦੇ ਰਹਿਣ ਵਾਲੇ ਵਸਨੀਕ ਨੇ, ਨਿਊਟਰਲ ਲੋਕ ਨੇ, ਕੋਈ ਉੱਥੇ ਪਾਰਕ 'ਚ ਜਾਣ ਨੂੰ ਤਿਆਰ ਨਹੀਂ ਹੈ। ਜਿਹੜੇ ਜਿਨ੍ਹਾਂ ਨੇ ਵਾਕ ਕਰਨੀ ਹੁੰਦੀ ਹੈ ਦੂਜੇ ਪਾਸੇ ਜਾਂਦੇ ਨੇ, ਆਮ ਉੱਥੇ ਹੋ ਰਿਹਾ ਕੰਮ। ਬੀਬਾਈ ਇਹਨਾਂ ਨੇ ਕਿਉਂ ਕੰਪਲੇਂਟ ਕੀ? ਨਸ਼ੇ ਨੂੰ ਠੱਲ ਪਾਉਣ ਲਈ ਕੰਪਲੇਂਟ ਕੀਤੀ ਸੀ ਕਿਹੜਾ? ਉਹ ਨਸ਼ੇ ਏੜੀਏ ਦੇ ਉੱਤੇ ਕਿਹੜਾ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ? ਇਹਨਾਂ ਨੇ ਉਹਦੀ ਕੰਪਲੇਂਟ ਕੀਤੀ ਸੀਗੀ, ਉਹ ਨਸ਼ਾ ਕਰਕੇ ਤੰਗ ਕਰਦਾ ਸੀਗਾ ਤਾਂ ਉਹਦੀ ਕੰਪਲੇਂਟ ਕੀਤੀ ਸੀਗੀ, ਔਰ ਇਹ ਸ਼ਰੀਫ ਫੈਮਿਲੀ ਤੋਂ ਨੇ ਔਰ ਕਿਸੇ ਪਾਰਟੀ ਨਾਲ ਨਹੀਂ, ਕੁਛ ਨਹੀਂ ਹੈ, ਇਹ ਸਾਡੀ ਬੇਟੀ ਹੈ। ਜਿਹੜੇ ਲੋਕ ਨੇ ਜਿਹੜੇ ਧਮਕੀਆਂ ਦੇ ਰਹੇ ਹੋ, ਕਿਸੇ ਪਾਰਟੀ ਦੇ ਨਾਲ ਸੰਬੰਧਿਤ ਨੇ? ਕੋਈ ਪਾਰਟੀ ਇਹਨਾਂ ਨੂੰ ਸਪੋਰਟ ਕਰ ਰਹੀ ਹੈ ਜਾਂ ਫਿਰ ਉਹ ਲੋਕ ਵੀ ਨਿਊਟਰਲ ਨੇ? ਸਪੋਰਟ ਕਰ ਰਹੀ ਹੈ ਪਾਰਟੀ, ਮੈਂ ਦੱਸੂਗੀ ਜੀ ਅੰਦਰ DSP ਸਾਹਿਬ ਨੂੰ ਕਿਹੜੀ ਪਾਰਟੀ ਸਪੋਰਟ। ਮੈਡਮ ਲਗਾਤਾਰ ਚਰਨਜੀਤ ਚੰਨੀ ਹੋਣੀ ਬਾਕੀ ਵਾਰ ਆਰੋਪ ਲਗਾ ਰਹੇ ਕਿ ਸ਼ੀਤਲ ਅੰਗਰਾਲ ਅਤੇ ਰਿੰਕੂ ਹੋਣੀ ਨਸ਼ਾ ਵਿਕਵਾਉਂਦੇ ਸੀ ਉਹਨਾਂ ਦੇ ਲੋਕ ਹੈਗੇ ਆ, ਅਤੇ ਕਿ ਉਹਨਾਂ 'ਚ ਕਿਉਂਕਿ ਸ਼ੀਤਲ ਅੰਗਰਾਲ ਹੋਣੀ ਇੱਥੇ ਮੌਜੂਦਾ MLA ਵੀ ਸੀਗੇ, ਕਿ ਉਹਨਾਂ ਨੇ ਉਹਨਾਂ 'ਤੇ ਠੱਲ ਰੋਕਿਆ ਨਹੀਂ ਜਾਂ ਫਿਰ ਇੱਦਾਂ ਚੀਜ਼ ਨੂੰ ਰੋਕ ਨਹੀਂ ਪਾਏ? ਦੇਖੋ ਇਹ 2-3 ਮਹੀਨਿਆਂ ਦੀ ਗੱਲ ਹੈ, ਔਰ ਸ਼ੀਤਲ ਜੀ ਨੇ ਆਪਣਾ ਅਸਤੀਫਾ ਦਿੱਤਾ ਸੀਗਾ, ਔਰ ਸ਼ੀਤਲ ਜੀ ਜੇ ਮੈਂ ਅੱਜ ਉਹਨਾਂ ਨਾਲ ਵੀ ਗੱਲ ਕਰੂੰਗੀ, ਉਹਨਾਂ ਨਾਲ ਮੈਨੇ ਅਜੇ ਗੱਲ ਨਹੀਂ ਕੀਤੀ ਇਸ ਬੱਚੀ ਬਾਰੇ, ਜ਼ਰੂਰ ਕਰਨਗੇ ਮਦਦ ਇਹਦੀ, ਔਰ ਆਰੋਪ ਤਾਂ ਕੋਈ ਵੀ ਕੋਈ ਲਗਾ ਸਕਦਾ ਜੀ, ਕੱਲ੍ਹ ਨੂੰ ਕਹਿ ਦੇਗਾ ਕੁਛ, ਕੋਈ ਪਾਰਟੀ ਜੋ ਮਰਜ਼ੀ ਕਹਿਣਾ ਚਾਹੁੰਦੀ ਹੈ, ਸਭ ਕੁਛ ਆਪਣੇ ਆਰੋਪ ਲਗਾ ਰਹੇ ਨੇ। ਜਿਹੜੇ ਇਹਨਾਂ ਨੇ ਆਪਣੇ ਇਸ਼ੂ ਹੈਗੇ ਆ, ਕੋਈ ਦੋ ਘਰਾਂ ਦੇ ਵਿੱਚ ਕੋਈ ਆਪਸ ਚ ਪ੍ਰੋਬਲਮ ਚੱਲ ਰਹੀ ਹੈ, ਪੁਰਾਣੀ ਪ੍ਰੋਬਲਮ ਚੱਲ ਰਹੀ ਹੈ, ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਅਕਿਊਜ਼ ਸੀਗਾ ਉਹ ਬੇਲ ਤੇ ਆ ਕੇ ਇਹਨਾਂ ਨੂੰ ਦੁਬਾਰਾ ਪਰੇਸ਼ਾਨ ਕਰ ਰਿਹਾ। ਆਪਾਂ ਇਸ ਚੀਜ਼ ਨੂੰ ਦੁਬਾਰਾ ਦੇਖਾਂਗੇ, ਜੇ ਏਦਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਵੀ ਟੇਕ ਐਕਸ਼ਨ। ਨਕਸ਼ੇ ਦੇ ਵੀ ਉਹਨਾਂ ਨੇ ਗੱਲਬਾਤ ਕੀਤੀ, ਕਿਹੜੀ ਪਾਰਕ ਹੋ ਗਿਆ ਦੇ ਵਿੱਚ ਪੁੱਡਾ ਗਰਾਊਂਡ ਹੈਗੀ ਉਹ ਜਿਹੜੇ ਅਸੀਂ ਨਾ ਇਹ ਜਿਹੜੇ ਪ੍ਰੋਬਲਮੈਟਿਕ ਏਰੀਆਜ਼ ਹੈਗੇ ਆ ਜਿੱਥੇ ਹੋਟਸਪੋਟ ਏਰੀਆਜ਼ ਹੈਗੇ ਆ, ਅਸੀਂ ਉਹ ਆਈਡੈਂਟੀਫਾਈ ਕੀਤੇ ਹੈਗੇ ਆ ਡੇਲੀ ਬੇਸਿਸ ਤੇ। ਅਸੀਂ ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ ਕਾਸੋਜ਼ ਵੀ ਕਰ ਰਹੇ ਹੈਗੇ, ਫੁੱਟ ਮਾਰਚ ਵੀ ਕਰ ਰਹੇ ਹੈ। ਜਿਹੜਾ ਇਹ ਗਰਾਊਂਡ ਸਾਨੂੰ ਦੱਸ ਕੇ ਗਏ ਆ, ਇਟ ਇਜ਼ ਔਨ ਆਰ ਲਿਸਟ, ਅਤੇ ਅਸੀਂ ਇਸ 'ਤੇ ਵੀ ਐਕਸ਼ਨ ਲਵਾਂਗੇ। ਐਂਡ ਜਿਹੜੇ ਇੱਦਾਂ ਦੇ ਬੰਦੇ ਇਨਵੋਲਵ ਹੈਗੇ ਆ, ਵੀ ਆਲਰੇਡੀ ਟੇਕਨ ਐਕਸ਼ਨ ਅਗੇਂਸਟ ਮਤਲਬ ਪੀਪਲ ਇਨ ਡਬਲ ਨੰਬਰਸ, ਉਹਨਾਂ 'ਤੇ ਆਲਰੇਡੀ ਪ੍ਰੀਵੈਂਟਿਵ ਐਕਸ਼ਨਸ ਅਤੇ FIR ਰਜਿਸਟਰ ਕੀਤੀਆਂ ਜਾ ਚੁੱਕੀਆਂ,
ਜੇ ਕੋਈ ਇੱਥੇ ਵੀ ਇੱਦਾਂ ਦੀ ਪ੍ਰੋਬਲਮ ਕ੍ਰੀਏਟ ਕਰ ਰਿਹਾ ਇਸ ਮੁੱਲੇ ਚ ਉਹਨਾਂ ਦੇ ਖਿਲਾਫ਼ ਵੀ ਅਸੀਂ ਕਰਦੇ ਮੈਮ ਸਰ ਉਹਨਾਂ ਵੱਲੋਂ ਵੀਡੀਓ ਵੀ ਤੁਹਾਨੂੰ ਦਿਖਾਈ ਗਈ ਹੈਗੀ ਹੈ ਜਿਹੜੇ ਉੱਥੇ ਪਾਰਕ ਦੇ ਵਿੱਚ ਸਰਿੰਜਾਂ ਪਈਆਂ ਨਸ਼ੇ ਦੇ ਹੋਰ ਵੀ ਆਦਿ ਉਹ ਇਟ ਇਜ਼ ਅ ਮੈਟਰ ਆਫ ਚੈਕਿੰਗ ਕਿ ਉਹ ਮਤਲਬ ਫਰੈਸ਼ ਹੈਗੀਆਂ ਪੁਰਾਣੀਆਂ ਹੈਗੀਆਂ ਬਟ ਦੈਟ ਜੋ ਆਪਣਾ ਪੁਆਇੰਟ ਹੈਗਾ ਉਹ ਦੱਸ ਰਹੇ ਹੈਗੇ ਆ ਕਿ ਆਲਰੇਡੀ ਉਹਨੂੰ ਆਈਡੈਂਟੀਫਾਈ ਕੀਤਾ ਜਾ ਚੁੱਕਿਆ ਅਸੀਂ ਇੱਕ ਆਪਣੀ ਰਿਜ਼ਰਵ ਵੀ ਉੱਥੇ ਸਟੇਸ਼ਨ ਕੀਤੀ ਹੈ ਤਾਂ ਕਿ ਜਿਹੜੇ ਮੁਹੱਲੇ ਵਾਸੀ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਆਲਰੇਡੀ ਸਾਨੂੰ ਸਾਡੀ ਨੌਲੇਜ ਸੀਗਾ ਠੀਕ